अज जिला शहीद भगत सिंह नगर नवांशहर विखे बीजेपी वालों कांग्रेस पार्टी के एम पी ते राजसभा दे मेंबर धीरज शाहू ते कांग्रेस पार्टी खिलाफ जबरदस्त रोस मुजहरा किया गया। इस मौके बीजेपी के आगुआ ने कहा कि इनकम टैक्स की रेड समय इस कोलों 300 करोड़ के करीब रुपया फड़िया गया है। तो आगुआ ने कहा कि बीजेपी सरकार करप्शन के खिलाफ है ते मोदी सरकार दे डर करके गठजोड़ किते जा रहे हैं। इस मौके उन्हां मुख्यमंत्री श्री अरविंद केजरीवाल नूं भी सवालों के घेरे विच लिआंदा ते कहा अजिहियां पार्टियां तो मोदी सरकार छुटकारा दिलाएगी ते रोस मुजहरा किया गया। तो एम पी धीरज कुमार शाहू का धीरज शाहू का पुतला भी फूकया गया। तुसीं देखण जा रहे हो नवांशहर दुआबा यूट्यूब चैनल ते इस रोस मुजहरे की पूरी रिपोर्ट। वीडियो नूं देखदे सार ही इस चैनल नूं सबसक्राइब करो तां जो जिला शहीद भगत सिंह नगर दी हर खबर हर रिपोर्ट हर गतिविधि तुहाडे तक पहुंचती रहे। बाकी रिपोर्ट इस ब्रेक तो बाद। नवांशहर दुआबा यूट्यूब चैनल संपर्क 98763-79499। अज जड़ा
ਅਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ, ਪੁਤਲਾ ਫੂਕ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਉਹਦੇ ਲਈ ਜਿੱਦਾਂ ਤੁਸੀਂ ਪਤਾ ਹੈ ਕਿ ਕਾਂਗਰਸ ਜਿਹੜਾ ਇੱਕ ਰਾਜ ਸਭਾ ਦਾ ਐਮ ਪੀ ਨੇ ਧੀਰਜ ਸਾਹੂ, ਉਹਨਾਂ ਦੇ ਘਰੋਂ 300 ਕਰੋੜ ਰੁਪਏ ਦੇ ਕਰੀਬ ਉਹਨਾਂ ਦੀਆਂ ਅਲਮਾਰੀਆਂ ਭਰੀਆਂ ਪਈਆਂ। ਦੇਖ ਕੇ ਵੀ ਬੰਦੇ ਨੂੰ ਹੈਰਾਨੀ ਹੁੰਦੀ ਹੈ ਕਿ ਇੱਦਾਂ ਵੀ ਅਲਮਾਰੀਆਂ 'ਚ ਨੋਟ ਰੱਖੇ ਜਾਂਦੇ ਆ ਅਤੇ ਇੱਦਾਂ ਦੀ ਕਰਪਟ ਸਰਕਾਰ, ਇੱਦਾਂ ਦੀ ਕਰਪਟ ਪਾਰਟੀ। ਸਰਕਾਰ ਤਾਂ ਹੁਣ ਕਿਤੇ ਹੈ ਨਹੀਂ, ਕਰਪਟ ਪਾਰਟੀ ਕਾਂਗਰਸ, ਜਿਹੜਾ ਕਿ ਜਿਹੜਾ ਸਰਕਾਰ 'ਚ ਇੱਥੋਂ ਸਾਡੇ ਦੇਸ਼ 'ਚੋਂ ਮੁਕਤ ਹੋ ਜਾਣਾ ਹੀ ਬਹੁਤ ਸਾਡੇ ਲਈ ਜ਼ਰੂਰੀ ਹੈ। ਇੱਦਾਂ ਹੀ ਸਾਡੇ ਜਿਹੜੇ ਆਮ ਆਦਮੀ ਦੀਆਂ ਪਾਰਟੀ ਦੀਆਂ ਜਿਹੜੇ ਲੋਕ ਹੈ ਉਹਨਾਂ ਦੇ ਨੇਤਾ ਉਹ ਵੀ ਜੇਲ੍ਹਾਂ ਦੇ ਵਿੱਚ ਹੈ ਕਰਪਸ਼ਨ ਕਰਕੇ, ਤਾਂ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਇਹਨਾਂ ਸਾਰੀਆਂ ਪਾਰਟੀਆਂ ਨੂੰ ਦੇਸ਼ ਤੋਂ ਮੁਕਤ ਕਰ ਦੇਣਾ ਚਾਹੀਦਾ। ਇਹਨਾਂ ਨੂੰ ਥੋੜ੍ਹੀ ਦੇਰ ਵਾਸਤੇ ਇੱਦਾਂ ਦਾ ਸਬਕ ਸਿਖਾਉਣਾ ਚਾਹੀਦਾ ਸਾਡੇ ਲੋਕਾਂ ਨੂੰ ਕਿ ਜਿਹੜਾ ਇਹਨਾਂ ਨੂੰ ਪਤਾ ਲੱਗੇ ਕਿ ਭ੍ਰਿਸ਼ਟਾਚਾਰੀ ਕਿੱਦਾਂ ਕੀਤੀ ਜਾਂਦੀ, ਸਾਡਾ ਪੈਸਾ ਲੁੱਟ ਕੇ ਇਹਨਾਂ ਨੇ ਆਪਣੀ ਅਲਮਾਰੀਆਂ 'ਚ ਭਰਿਆ ਹੋਇਆ। ਅਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਇਹਨਾਂ ਨੂੰ ਇੱਕ ਵਾਰੀ ਸਬਕ ਸਿਖਾਈਏ ਅਤੇ ਇਹਨਾਂ ਨੂੰ ਦੱਸੀਏ। ਅਤੇ ਮੈਂ ਆਪਣੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਕਹਿੰਦੀ ਹਾਂ ਕਿ ਮੋਦੀ ਜੀ ਨੇ ਜਿਹੜੀ ਗਰੰਟੀ ਦਿੱਤੀ ਹੈ ਕਿ ਕੋਈ ਵੀ ਸਾਡਾ ਭ੍ਰਿਸ਼ਟਾਚਾਰੀ ਨਹੀਂ ਹੋਏਗਾ, ਕੋਈ ਵੀ ਇੱਕ ਬੰਦੇ ਦੇ ਉੱਤੇ ਵੀ ਕੋਈ ਇੱਦਾਂ ਦਾ ਐਲੀਗੇਸ਼ਨ ਨਹੀਂ ਆਇਆ, ਤਾਂ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਦੀ ਇਸ ਨੀਤੀ ਨੂੰ, ਇਸ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਇਆ ਸਾਰਿਆਂ ਨੂੰ ਕਹਿੰਦੀ ਹਾਂ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇੱਕ ਵਾਰੀ ਆਪਣੇ ਦੇਸ਼ 'ਚ ਅਸੀਂ ਲਿਆਈਏ ਅਤੇ ਇਹਨਾਂ ਨੂੰ ਦੱਸੀਏ ਕਿ ਭ੍ਰਿਸ਼ਟਾਚਾਰੀ ਨੂੰ ਕਿੱਦਾਂ ਜੇਲ੍ਹਾਂ 'ਚ ਭੇਜਿਆ ਜਾਂਦਾ, ਭ੍ਰਿਸ਼ਟਾਚਾਰੀਆਂ ਨੂੰ ਕਿੱਦਾਂ ਅੰਦਰ ਕੀਤਾ ਜਾਂਦਾ। ਭਾਰਤ ਮਾਤਾ ਦੀ ਜੈ, ਭਾਰਤੀ ਜਨਤਾ ਪਾਰਟੀ ਜ਼ਿੰਦਾਬਾਦ। ਅੱਜ ਦਾ ਜਿਹੜਾ ਪੁਤਲਾ ਫੂਕ ਰੋਸ ਮੁਜ਼ਾਹਰਾ ਹੈ ਇਹ ਕਾਂਗਰਸ ਦੇ ਖਿਲਾਫ ਹੈ, ਕਿਉਂਕਿ ਕਾਂਗਰਸ ਦਾ ਇੱਕ ਜਿਹੜਾ ਰਾਜ ਸਭਾ ਮੈਂਬਰ ਆ ਉਹਦੇ ਘਰੋਂ ਜਿਹੜਾ  300 ਕਰੋੜ ਨਿਕਲਿਆ ਹੈ ਉਹਦੇ ਖਿਲਾਫ ਇਹ ਅਸੀਂ ਅੱਜ ਪ੍ਰਦਰਸ਼ਨ ਕੀਤਾ। ਤੁਸੀਂ ਸਾਰੇ ਸ਼ਾਇਦ ਇਸ ਗੱਲ ਨੂੰ ਜਾਣਦੇ ਹੋ ਕਿ ਕਾਂਗਰਸ ਦੀ ਜਿਹੜੀ ਸਰਕਾਰ ਹੈ ਸ਼ੁਰੂ ਤੋਂ ਹੀ ਉਹ ਇਹ ਕੰਮ ਕਰਦੀ ਆਈ ਹੈ। ਕਰਪਸ਼ਨ ਜਦੋਂ ਵੀ ਸ਼ੁਰੂ ਹੋਈ ਕਾਂਗਰਸ ਦੀ ਸਰਕਾਰ ਵੇਲੇ ਸ਼ੁਰੂ ਹੋਈ, ਇੱਥੋਂ ਤੱਕ ਕਿ ਇਹਨਾਂ ਦੇ ਕਈ ਵਾਰੀ ਜਿਹੜੇ ਗਵਰਨਰ ਸੀਗੇ ਉਹਨਾਂ ਦੇ ਕੋਲ ਇੰਨੇ ਪੈਸੇ ਕਿ ਉਹ ਹਵਾ 'ਚ ਵੀ ਉੱਡੇ ਜਦੋਂ, ਤਾਂ ਉਹਨਾਂ ਦੇ ਪੈਸੇ ਸਾਰੇ ਆਲੇ ਦੁਆਲੇ ਸੜਕਾਂ 'ਤੇ ਖਿਲ ਰਹੇ ਆ। ਸੋ ਇਹ ਹਮੇਸ਼ਾ ਜਦੋਂ ਵੀ ਕਾਂਗਰਸ ਦੀ ਸਰਕਾਰ ਸੱਤਾ 'ਚ ਆਉਂਦੀ ਆ ਹਮੇਸ਼ਾ ਇਹੀ ਕਾਂਗਰਸ ਉਸ ਕਰਪਸ਼ਨ ਨੂੰ ਬੜਾਵਾ ਦਿੰਦੇ ਆ। ਲੇਕਿਨ ਜਦੋਂ ਤੋਂ 2014 ਤੋਂ ਮੋਦੀ ਜੀ ਦੀ ਸਰਕਾਰ ਆਈ ਆ ਉਹਨਾਂ ਨੇ ਇੱਕੋ ਨਾਰਾ ਦਿੱਤਾ ਸੀ ਕਿ ਅਸੀਂ ਕਦੀ ਵੀ ਆਪਣੇ ਕਿਸੇ ਵੀ ਬੰਦੇ ਨੂੰ ਭ੍ਰਿਸ਼ਟਾਚਾਰ ਨਹੀਂ ਕਰਨ ਦੇਵਾਂਗੇ, ਔਰ ਅੱਜ ਤੱਕ ਕੋਈ ਵੀ ਇੱਕ ਵੀ ਬੰਦਾ ਜਿਹੜਾ ਕਰਪਸ਼ਨ ਕਰਦਾ ਕਦੀ ਵੀ ਸਾਬਤ ਨਹੀਂ ਹੋਇਆ। ਸੋ ਇਹ ਗੱਲ ਤੈਅ ਹੈ ਕਿ ਕਾਂਗਰਸ ਨੇ ਦੇਸ਼ ਨੂੰ ਲੁੱਟ ਲੁੱਟ ਕੇ ਆਪਣਾ ਪੈਸਾ ਬਾਹਰਲੇ ਦੇਸ਼ਾਂ 'ਚ ਸਾਰਾ ਜਿਹੜਾ ਇਕੱਠਾ ਕੀਤਾ ਸੀਗਾ ਉਹ ਹੋਰ ਅੱਗੇ ਤੋਂ ਅੱਗੇ ਹੀ ਕੰਮ ਕਰਨਾ ਚਾਹੁੰਦੇ ਸੀਗੇ। ਲੇਕਿਨ ਮੋਦੀ ਜੀ ਨੇ ਇੱਦਾਂ ਦਾ ਜੈਕ ਰੱਖਿਆ, ਉਹਨਾਂ ਨੇ ਕਿਹਾ ਸੀ ਕਿ ਮੈਂ ਆਪਣੇ ਦੇਸ਼ 'ਚ ਕੋਈ ਵੀ ਭ੍ਰਿਸ਼ਟਾਚਾਰੀ ਨਹੀਂ ਰਹਿਣ ਦੇਣਾ, ਔਰ ਉਹ ਇਹ ਚੀਜ਼ ਜਿਹੜੀ ਅੱਜ ਸਾਬਤ ਹੋ ਰਹੀ ਹੈ। ਅੱਜ ਘਮੰਡੀਆ ਜਿਹੜਾ ਗੱਠਜੋੜ ਹੋਇਆ ਗਿੱਦੜ ਇਕੱਠੇ ਹੋ ਗਏ ਸ਼ੇਰ ਦਾ ਸ਼ਿਕਾਰ ਕਰਨ ਚੱਲੇ ਸੀ ਘਰ, ਲੇਕਿਨ ਸ਼ੇਰ ਇਕੱਲਾ ਹੀ ਬਹੁਤ ਹੁੰਦਾ ਆ ਗਿੱਦੜਾਂ ਤੋਂ ਡਰਦਾ ਨਹੀਂ, ਇਸ ਕਰਕੇ ਗਿੱਦੜ ਹੌਲੀ ਹੌਲੀ ਕਰਕੇ ਤੁਸੀਂ ਦੇਖਿਆ ਵੀ ਇੱਕ ਜੇ ਮੀਟਿੰਗਾਂ ਹੁੰਦੀਆਂ ਤਾਂ ਸਾਰੇ ਜਣੇ ਇਕੱਠੇ ਨਹੀਂ ਹੁੰਦੇ, ਕਾਰਨ ਕੀ ਆ, ਇਹ ਸਿਰਫ ਇਕੱਠੇ ਹੋਣ ਦਾ ਕਾਰਨ ਇੱਕ ਮੋਦੀ ਜੀ ਦਾ ਡਰ ਆ। ਔਰ ਮੋਦੀ ਜੀ ਨੇ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਹੁਣ ਦੁਬਾਰਾ 2024 'ਚ ਅਸੀਂ ਸਰਕਾਰ ਬਣਾਉਣੀ ਆ ਤਾਂ ਨਿਰੋਲ ਜਿਹੜੇ ਇਹ ਬੰਦੇ ਆ ਜਿਹੜੇ ਭ੍ਰਿਸ਼ਟਾਚਾਰੀ ਆ ਸਾਰੇ ਲੋਕਾਂ ਦੇ ਸਾਹਮਣੇ ਆ ਜਾਣੇ ਔਰ ਇਹ ਸਦਾ ਤੋਂ ਬਾਹਰ ਹੋਣੇ ਆ। ਸੋ ਅਸੀਂ ਅੱਜ ਜਿਹੜਾ ਇਹ ਰੋਸ ਮੁਜ਼ਾਹਰਾ ਕੀਤਾ ਕਾਂਗਰਸ ਦੇ ਖਿਲਾਫ਼, ਭ੍ਰਿਸ਼ਟਾਚਾਰ ਦੇ ਖਿਲਾਫ਼ ਕੀਤਾ। ਸੋ ਸਾਡੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਇਹ ਮਾਣ ਦੇ ਨਾਲ ਇਹ ਕਹਿ ਸਕਦੀ ਹੈ ਗੱਲ ਕਿ ਸਾਡੇ ਨੇਤਾ ਜੀ ਮੋਦੀ ਜੀ ਆ, ਔਰ ਮੋਦੀ ਜੀ ਨੇ ਦੇਸ਼ 'ਚ ਜਿਹੜੇ ਕਾਂਗਰਸ ਮੁਕਤ ਭਾਰਤ ਦੀ ਇੱਕ ਨਾਰਾ ਦਿੱਤਾ ਸੀ ਉਹ ਜਲਦੀ ਹੋਣ ਜਾ ਰਿਹਾ ਹੈ। ਭਾਰਤ ਮਾਤਾ ਕੀ ਜੈ। ਜਿਹੜਾ ਅੱਜ ਪੁਤਲਾ ਫੂਕਿਆ ਗਿਆ ਹੈ ਇਹਦਾ ਜਿਹੜਾ ਗਠਬੰਧਨ ਬਣਿਆ ਹੋਇਆ, ਜਿਹੜਾ ਇੰਡੀਆ ਗਠਬੰਧਨ ਜਿਹਨੂੰ ਕਹਿੰਦੇ ਘਮੰਡੀਆ ਗਠਬੰਧਨ ਬਣਿਆ ਹੋਇਆ, ਉਹਦੇ ਵਿੱਚ ਕਾਂਗਰਸ ਪਾਰਟੀ ਦਾ ਇੱਕ ਜਿਹੜਾ ਰਾਜ ਸਭਾ ਦਾ ਮੈਂ ਪੀ ਹੈ ਧੀਰਜ ਸਾਹੂ, ਉਹਦੇ ਘਰ 'ਤੇ ਰੇਡ ਕੀਤਾ ਸੀ ਇਨਕਮ ਟੈਕਸ ਪਾਰਟੀ ਨੇ ਅਤੇ ਉਹਦੇ ਘਰੋਂ 300 ਕਰੋੜ ਤੋਂ ਉੱਪਰ ਰੁਪਇਆ ਮਿਲਿਆ, 300 ਕਰੋੜ ਤੋਂ ਉੱਪਰ। ਅਜੇ ਉਹਦੇ 20 ਜਿਹੜੀਆਂ ਨੇ ਜਗ੍ਹਾ ਨੇ ਜਿਹੜੀਆਂ ਇਨਕਮ ਟੈਕਸ ਨੇ ਸੀਲਬੰਦ ਕੀਤੀਆਂ ਹੋਈਆਂ ਨੇ, ਜਿਨ੍ਹਾਂ 'ਚੋਂ ਸਿਰਫ 5 ਦਾ ਅਜੇ ਤੱਕ ਹੋਇਆ, ਅਜੇ ਬਾਕੀ ਜਿਹੜਾ ਉਹ ਚੱਲਦਾ ਪਿਆ। ਹੁਣ ਤੁਸੀਂ ਦੇਖ ਲਓ ਕਿ ਦੇਸ਼ ਨੂੰ ਲੁੱਟ ਲੁੱਟ ਕੇ, ਦੇਸ਼ ਦਾ ਪੈਸਾ, ਗਰੀਬ ਦਾ ਪੈਸਾ, ਗਰੀਬ ਜਨਤਾ ਦਾ ਪੈਸਾ ਇਹਨਾਂ ਨੇ ਲੁੱਟ ਲੁੱਟ ਕੇ ਆਪਣੇ ਘਰਾਂ ਦੇ ਵਿੱਚ ਰੱਖਿਆ ਹੋਇਆ। ਸੋ ਸਾਡੀ ਜਿਹੜੀ ਸਰਕਾਰ ਹੈ ਮੋਦੀ ਸਾਹਿਬ ਦੀ ਸਰਕਾਰ ਹੈ ਜਿਹੜੀ, ਉਹ ਕਹਿੰਦੀ ਹੈ ਕਿ ਅਸੀਂ ਕਰਪਸ਼ਨ ਦੇ ਖਿਲਾਫ਼, ਮੋਦੀ ਸਾਹਿਬ ਗਰੰਟੀ ਦਿੰਦੇ ਹੈ ਕਿ ਮੈਂ ਦੇਸ਼ ਦੇ ਵਿੱਚ ਕੋਈ ਕਰਪਟ ਬੰਦਾ ਨਹੀਂ ਰਹਿਣ ਦੇਣਾ, ਗਰੰਟੀ ਦਿੰਦੇ ਹੈ। ਔਰ ਉਹ ਗਰੰਟੀ ਦੇ ਤਹਿਤ ਹੀ ਤੁਸੀਂ ਦੇਖ ਰਹੇ ਹੋ ਕਿ ਇਹੋ ਜਿਹੇ ਬੰਦੇ ਸਾਹੂ ਦੇ ਘਰੋਂ 300 ਕਰੋੜ ਰੁਪਇਆ ਮਿਲਿਆ, ਦਿੱਲੀ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਸੀ ਉਹ ਜੇਲ੍ਹ ਦੇ ਵਿੱਚ ਨੇ, ਉਹਨਾਂ ਦੇ 3 ਹੋਰ ਲੀਡਰ ਜੇਲ੍ਹ ਦੇ ਵਿੱਚ ਨੇ,
जिहड़ा सब तो वड्डा दिल्ली वालियां दा लीडर है जिहड़ा केजरीवाल बनिया फिरदा अपने आप नूं इमानदारी दा जिहड़ा समझदा सी कि मैं तो वड्डा इमानदार कोई नहीं। थोड़े दिनों दे विच तुसीं देखियो कि जो उन्हां दीआं जो हुण तक दीआं फड़ियां गईआं करदूतां ने करप्शन दे बारे 45 करोड़ रुपया उन्हें अपने घर से लाता रिपेयर दे लई, वह बंदा जिहड़ा पैरां दे विच टुट्टी हुई चप्पल पाउंदा है तो सड़ी हुई शर्ट पाउंदा है 45 करोड़ रुपया सिर्फ रिपेयर दे लई लाया उन्हें अपने घर दे विच। एक्साइज महकमे का करोड़ों रुपया उन्होंने लुट लिया तो कहिंदे ने कि साढ़े तो ज़्यादा कोई इमानदार नहीं। जे तुसीं देख लो कई बार होंदा कि सरकार ते आपां लांदे कि सरकार जानबूझ के किसी तंग करती है पर हाई कोर्ट सुप्रीम कोर्ट के उन्होंने बेल नहीं दिती। सुप्रीम कोर्ट ने भी उन्होंने कहा कि नहीं तुसीं ये कन्फर्म है कि तुसीं चोरी की है तुहाडे ते चोरी के इल्जाम लगते हैं इस करके तुसीं चोर हो तुहाडा जेल के रहना ही जायज़ है। सेम यही इन्हां दा हशर होने वाला सारिया का जिहड़ा यह गठबंधन बनया होया जिहड़ा घमंडिया गठबंधन ये लालू प्रसाद यादव वो तो वड्डा कोई जोर है तो दुनिया के भी तुहानू पता है नीतीश कुमार जी ने यह बनाया गठबंधन उन्हें इन्ने घटिया मतलब मैनू कहिंदे भी शर्म आती इन्ने घटिया उन्हें विधानसभा के गल्लां कीतियां लेडीज़ के खिलाफ कि बंदे नू शर्म आती है कि इहोजा सियाणा बंदा इहोजियां गल्लां किवें कर सकदा। सो ये चोर बंदे आ जिन्हां ने देश नू लुट के खा लिया उन्हां दे खिलाफ मोदी साहब जिहड़े इमानदारी का स्तंभ ने देश दे प्रति देश की एकता अखंडता के प्रति देश की आजादी देश की तरक्की के प्रति जिहड़ा एक सारा नज़र आता जिहड़ा इको एक उन्होंने मन के गल है कि मैं अपने देश को तरक्की से लेके जाना देश की तरक्की करनी है। उन्होंने ये हुण उन्होंने प्रण कर लिया उन्होंने गरंटी दी है कि मैं करप्शन करने वाला तो छड़ना ही नहीं किसी कीमत से। तो तुम देख रहे हो कि उन्होंने उही हशर हो रहा आंदे दिनों के भी होर बहुत सारे योजे चोर ने जोड़े उन्होंने देखा जेलों के दे जाएंगे सारे। थैंक यू वेरी मच।